ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ। ਅੱਜ ਉਹ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੀ, ਪਹਿਲਾਂ ਗੁਰਦੁਆਰਾ ਕੇਸਗੜ੍ਹ ਸਾਹਿਬ ਵਿਖੇ ਨਮਸਤਕ ਹੋਏ ਅਤੇ ਉੱਥੇ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਇਕੱਠ ਕੀਤਾ ਗਿਆ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਸੰਬੰਧੀ ਕੀ ਕਹਿ ਰਹੇ ਨੇ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ। ਅੱਜ ਆਨੰਦਪੁਰ ਸਾਹਿਬ ਦੀ ਕੀਰਤਨ ਧਰਤੀ 'ਤੇ ਇੱਥੇ ਪਹੁੰਚੇ ਅਤੇ ਅਸੀਂ ਸਾਰੇ ਤਕਰੀਬਨ 80 ਹਲਕੇ ਕਵਰ ਕਰਕੇ ਅਸੀਂ ਯਾਤਰਾ ਕੰਪਲੀਟ ਕਰ ਲਈਏ। ਇਹਦੇ ਬਾਅਦ ਸਾਰੀਆਂ ਹੁਣ ਰੈਲੀਜ਼ ਹੋਣਗੀਆਂ ਇਲੈਕਸ਼ਨ ਤੱਕ। ਜਦੋਂ ਮੈਂ ਸ਼ੁਰੂ ਕੀਤਾ ਮੈਂ ਪਿੰਡਾਂ ਵਿੱਚ ਨਿਕਲਿਆ, ਸੰਗਤ ਨੂੰ ਮਿਲਿਆ, ਨੌਜਵਾਨਾਂ ਨੂੰ ਮਿਲਿਆ, ਕਿਸਾਨਾਂ ਨੂੰ ਮਿਲਿਆ, ਵਪਾਰੀਆਂ ਨੂੰ ਮਿਲਿਆ, ਖੇਤ ਮਜ਼ਦੂਰ ਨੂੰ ਮਿਲਿਆ। ਸੋ ਮੈਂ ਜਿਹੜਾ ਬੇਨਤੀ ਜਿਹੜੀ ਲੋਕਾਂ ਦੀ ਜਿਹੜੀ ਭਾਵਨਾ ਸਮਝ ਕੇ ਮੈਂ ਇੱਕ ਫੀਲ ਕਰ ਰਿਹਾ ਕਿ ਲੋਕ ਵਾਪਸ ਚਾਹੁੰਦੇ ਆ ਕਿ ਉਹਨਾਂ ਦੀ ਖੇਤਰੀ ਪਾਰਟੀ ਤਕੜੀ ਹੋਵੇ। ਅੱਜ ਇਹੋ ਜਿਹਾ ਰਿਸਪੋਂਸ ਮਿਲਿਆ ਲੋਕਾਂ ਦੇ ਮੈਂ ਚਿਹਰਿਆਂ 'ਚ ਹੈ, ਬਹੁਤ ਲੋਕ ਮੇਰੇ ਕੋਲ ਆਏ ਹੈ ਅਤੇ ਕਹਿੰਦੇ ਜੀ ਪੰਜਾਬ ਨੂੰ ਬਚਾ ਲਓ, ਤੁਸੀਂ ਬਚਾ ਸਕਦੇ। ਕਿ 100 ਦਿਨਾਂ ਦੀ ਪੰਜਾਬ ਬਚਾਓ ਯਾਤਰਾ ਦੀ ਸਮਾਪਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹਲਕਾ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ ਆ। ਔਰ ਮੈਂ ਕਹਿ ਸਕਦਾ ਕਿ ਅੱਜ ਜਿੰਨਾ ਉਤਸ਼ਾਹ ਅਤੇ ਇਕੱਠ ਪੰਜਾਬ ਬਚਾਓ ਯਾਤਰਾ ਦੇ ਵਿੱਚ ਮਿਲਿਆ ਅਤੇ ਪੰਜਾਬ ਬਚਾਓ ਯਾਤਰਾ ਦੇ 100 ਦਿਨਾਂ ਪੂਰੇ ਹੋਣ 'ਤੇ ਅੱਜ ਸਮਾਪਤੀ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਅਰਦਾਸ ਕਰਨ ਤੋਂ ਬਾਅਦ ਜੋ ਅਸੀਂ ਅਸੈਸਮੈਂਟ ਕੀਤੀ ਆ ਉਹ ਬੜੀ ਖੁਸ਼ੀ ਦੀ ਗੱਲ ਆ ਕਿ 165 ਲੋਕ ਸੁਬਹਾ ਸੁਬਹਾ ਅੱਜ ਸਵੇਰੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਮਰਿੰਡੇ। ਉਹਨਾਂ ਵਿੱਚ ਕਈ ਸਰਪੰਚ ਸੀ, ਕਈ ਬਲਾਕ ਸੰਮਤੀ ਮੈਂਬਰ ਸੀ ਮੌਜੂਦਾ, ਕਈ ਸਾਬਕਾ ਸਰਪੰਚ ਸੀ, ਡਾਇਰੈਕਟਰ ਸੀ, ਮਤਲਬ ਕਈ ਅਹੁਦੇਦਾਰ ਸੀ ਕਾਂਗਰਸ ਪਾਰਟੀ ਦੇ। ਜਾਣੀ ਚਮਕੌਰ ਸਾਹਿਬ ਹਲਕੇ ਦੇ ਵਿੱਚ ਮਰਿੰਡੇ ਤੋਂ ਸਵੇਰੇ ਫੁੱਟ ਵੱਜਿਆ ਅਤੇ ਫਿਰ ਰਸਤੇ ਦੇ ਵਿੱਚ ਇੱਕ ਦਰਜਨ ਥਾਵਾਂ 'ਤੇ ਕਿਤੇ ਆਪ ਪਾਰਟੀ ਨੂੰ ਛੱਡ ਕੇ ਕਿਤੇ ਕਾਂਗਰਸ ਨੂੰ ਛੱਡ ਕੇ ਅੱਜ ਸਾਡੇ ਕਾਫਲੇ ਵਿੱਚ ਲੋਕ ਸ਼ਾਮਿਲ ਹੁੰਦੇ ਹੋਏ ਨੇ ਅਤੇ ਇੱਥੇ ਆਣ ਕੇ ਸਾਡੇ ਮਨਦੀਪ ਸਿੰਘ ਜੋ BSP ਦੇ ਪ੍ਰਧਾਨ ਸੀ ਸ਼ਹਿਰ ਦੇ ਉਹ ਸ਼ਾਮਿਲ ਹੋਏ ਨੇ। ਸੋ ਮੈਂ ਕਹਿ ਸਕਦਾ ਕਿ ਇਹ ਸਫਲਤਾ ਜਿਹੜੀ ਪੰਜਾਬ ਚੋਂ ਯਾਤਰਾ ਦੀ ਆ ਇਹ ਇਸ ਗੱਲ ਦੇ ਸੰਕੇਤ ਆ ਕਿ ਪੰਜਾਬ ਦੇ ਲੋਕਾਂ ਨੇ ਆਪਣਿਆਂ ਦੀ ਪਹਿਚਾਣ ਕਰ ਲਈ।